ਬਟਾਲਾ ਨੇੜਲੇ ਪਿੰਡ ਚੀਮਾ ਵਿੱਚ ਪਿਛਲੇ ਦਿਨੀ ਤੈਂਦੂਏ ਦਾ ਕਹਿਰ ਦੇਖਣ ਨੂੰ ਮਿਲਿਆ। ਜਦੋਂ ਅਸੀਂ ਪਿੰਡ ਚੀਮਾ ਵਿੱਚ ਜਾ ਕੇ ਦੇਖਿਆ ਤੇ ਪਤਾ ਲੱਗਾ ਕਿ ਤੈਂਦੂਏ ਨੇ ਇੱਕ ਘਰ ਵਿੱਚ ਇੱਕ ਨੌਜਵਾਨ ਤੇ ਹਮਲਾ ਕੀਤਾ ਤੇ ਨਾਲ ਹੀ ਘਰ ਵਿੱਚ ਪਾਲੀ ਬੱਕਰੀ ਵੀ ਖਾ ਗਿਆ। ਇਸ ਤੋਂ ਇਲਾਵਾ ਇੱਕ ਘਰ ਵਿੱਚ ਕੱਟੀ ਵੀ ਖਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਸ਼ਾਮ ਨੂੰ ਬਾਹਰ ਨਿਕਲਣ ਲੱਗੇ ਉਹਨਾਂ ਨੂੰ ਬਹੁਤ ਡਰ ਲੱਗਦਾ ਹੈ। ਜੰਗਲਾਤ ਵਿਭਾਗ ਵੱਲੋਂ ਪਿੰਡ ਵਿੱਚ ਕੈਮਰੇ ਤੋਂ ਇਲਾਵਾ ਤੇਂਦੂਏ ਨੂੰ ਫੜਨ ਲਈ ਪਿੰਜਰਾ ਵੀ ਲਗਾਇਆ ਗਿਆ। ਪੂਰਾ ਉੱਥੇ ਕੋਈ ਨੀ ਆਹੋ ਉੱਥੇ ਲਿਆਓ ਹੋਰ ਲਾ ਕੇ ਲਿਆ ਚਲੋ ਆਣ ਕੀਤਾ ਕਰਨਜੀਤ ਦਾ ਕੱਟੀ ਵੀ ਖਾਧੀ ਆ ਪੱਠੇ ਲੱਗ ਗਏ ਹਾਂਜੀ ਹਾਂਜੀ ਇਹ ਥੋੜ੍ਹੇ ਥੋੜ੍ਹੇ ਹਟਵੇਂ ਹੀ ਹੋਏ ਆ ਕਾਰਨ ਤੇ ਰੌਲਾ ਪਹਿਲੇ ਚਿਰਾਂ ਤੋਂ ਅਸੀਂ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਧੀ ਇਹਦਾ ਮੁਲਾਜ਼ਮ ਕੀਤਾ ਵਾ ਅਤੇ ਉਹਦੇ 'ਚ ਵੀ ਤੁਹਾਡੇ ਮਹਿਕਮੇ ਵਾਲੇ ਦੱਸਦੇ ਵੀ ਠੀਕ ਆ ਸੱਚ ਵਾ ਹਾਂਜੀ ਇਹ ਕੁੱਕੜ ਰੱਖੇ ਵਿੱਚ ਆਉਂਦੇ ਕੁਛ ਨਾ ਕੁਛ ਵਿੱਚ ਮਾਸ ਪਾਓ ਅਤੇ ਕੁਛ ਨਾ ਕੁਛ ਆ ਜਾਏਗਾ ਅਤੇ ਪਰ ਨਹੀਂ ਕੋਈ ਆਇਆ ਹਾਂਜੀ ਡੀਕ ਨਹੀਂ ਹੁਣ ਨਹੀਂ ਹੁਣ ਅਸੀਂ ਆਪ ਆਖਿਆ ਅਸੀਂ ਲੈ ਜਾਓ ਪਿੰਜਰਾ ਹੁਣ ਕਣਕਾਂ ਵੱਢੀਆਂ ਗਿਆ ਵਿਹਲ ਹੋ ਗਿਆ ਵਾ ਡਰ ਕੋਈ ਨਹੀਂ ਪਹਿਲਾਂ ਖੇਤੀ ਸੀ ਜਿੱਦਾਂ ਅਤੇ ਉਹ ਲੋਕ ਕਿਤੇ ਵੀ ਸਕਦਾ ਸੀ ਡਰ ਤਾਂ ਹੈ ਹੀ ਨਾ ਪਿੰਡ 'ਚ ਤਾਂ ਨਹੀਂ ਹੁਣ ਤਾਂ ਆਮ ਲੋਕਾਂ 'ਚ ਸਾਰੇ ਕਈ ਕਹਿ ਦਿੰਦਾ ਇੱਧਰ ਆ ਗਿਆ ਪਤਾ ਨਹੀਂ ਹੁਣ ਜਿੰਨਾ ਕੁ ਸਾਡੇ ਨਾਲ ਵਾਪਰੀ ਅਸੀਂ ਇੰਨਾ ਕੁ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਏ ਸਭ ਦਾ ਹਾਂਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।